ਜੀ ਸਤਿ ਸ਼੍ਰੀ ਅਕਾਲ ਦੋਸਤੋ, 23 ਤਰੀਕ ਤੱਕ ਲਈ ਜਾਰੀ ਹੋਇਆ ਹੈ ਵੱਡਾ ਅਲਰਟ। ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਅਤੇ ਵੀਡੀਓ ਨੂੰ ਅੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਜੀ। ਹਾਂ, ਪਾਵਰਕੌਮ ਨੇ ਖੇਤੀ ਮੋਟਰਾਂ ਘਰੇਲੂ ਅਤੇ ਉਦਯੋਗਿਕ ਖਪਤਕਾਰਾਂ ਨੂੰ ਲੋਡ ਵਧਾਉਣ ਦੀ ਵੱਡੀ ਰਾਹ ਦਿੱਤੀ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ VDS ਸਕੀਮ ਦਾ ਲਾਭ ਲੈਣ ਵਾਲੇ ਖਪਤਕਾਰਾਂ ਦੀ ਮਿਤੀ ਵਧਾ ਦਿੱਤੀ ਹੈ। ਹੁਣ ਖਪਤਕਾਰ 23 ਜੁਲਾਈ ਤੱਕ ਇਸ ਸੀਮਾ ਦਾ ਲਾਭ ਲੈ ਸਕਦੇ ਨੇ। ਇਸ ਤੋਂ ਪਹਿਲਾਂ ਇਸ ਸਕੀਮ ਦੀ ਆਖਰੀ ਤਾਰੀਖ 7 ਜੂਨ ਸੀ। ਇਸ ਸਕੀਮ ਤਹਿਤ ਖਪਤਕਾਰ ਅੱਧੀ ਕੀਮਤ 'ਤੇ ਘਰੇਲੂ ਲੋਡ ਵਧਾ ਸਕਦੇ ਹਨ। ਪਾਵਰਕੌਮ ਨੂੰ ਲੋਡ ਦੀ ਪਰੇਸ਼ਾਨੀ ਬਣੀ ਹੋਈ ਹੈ, ਲੋਕ ਘੱਟ ਲੋਡ 'ਤੇ ਬਿਜਲੀ ਦੇ ਉਪਕਰਨ ਚਲਾ ਰਹੇ ਹਨ, ਪਰ ਘਰ ਇੰਡਸਟਰੀ AP ਮੋਟਰ ਵਾਲੇ ਖਪਤਕਾਰ ਅੱਧੀ ਕੀਮਤ 'ਤੇ ਲੋਡ ਵਧਾ ਸਕਦੇ ਨੇ। ਲੋਡ ਦੇ ਉਚਾਰ ਚੜ੍ਹਾਅ ਦੇ ਕਾਰਨ ਫੋਲਟ ਆ ਰਹੇ ਨੇ। ਰਿਹਾਇਸ਼ੀ ਖਪਤਕਾਰਾਂ ਲਈ ਇਸ ਦੀ ਕੀਮਤ 7 ਕਿਲੋਵਾਟ ਤੱਕ 1,000 ਰੁਪਏ ਪ੍ਰਤੀ ਕਿਲੋਵਾਟ ਸੀ, ਹੁਣ ਇਸ ਦੀ ਕੀਮਤ 5,500 ਹੋਏਗੀ। 7 ਕਿਲੋਵਾਟ ਤੋਂ ਵਧਾ ਕੇ 20 ਕਿਲੋਵਾਟ 1,600, ਹੁਣ 800 ਰੁਪਏ, ਅਤੇ 20 ਕਿਲੋਵਾਟ ਤੋਂ ਉੱਪਰ 50 ਕਿਲੋਵਾਟ ਤੱਕ ਪਹਿਲਾਂ 1,600 ਸੀ ਅਤੇ ਹੁਣ 800 ਦਾ ਖਰਚ ਆਏਗਾ। ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।